तरीके नाल साइन चेंज कर लिए ते जी तू ये साइन साइन नहीं रहेंगे, वो एक दिन ऑटोग्राफ बन जाएंगे, लोग तुहाड़े कोल ऑटोग्राफ लैणा। क्योंकि दैट्स नाइस असीं जदों कोई गल करनी होए, लिखनी होए, तो फुल स्टॉप असीं उत्थे लगाने हैं जिथे साडी गल पूरी हो जाती है। असीं विचकार किधरे डॉट नहीं लगाते, लास्ट च भी बस हुण हो गया, बस हुण इस तों अगे होर कुछ नहीं, ना मैं कहना है, ना मैं कुछ लिखना है, ना मैं बोलना है, तो फुल स्टॉप असीं लगाते भी साडी गल खत्म हो गई। ਸਤਿ ਸ਼੍ਰੀ ਅਕਾਲ ਜੀ, ਮੈਂ ਸੁਮਨ ਰੂਪ ਰਾਏ ਤੇ ਤੁਸੀਂ ਸਾਰੇ ਦੇਖ ਰਹੇ ਹੋ ਪੰਜ ਦਰਿਆ ਤੇ ਸਾਡਾ ਪ੍ਰੋਗਰਾਮ ਹੈ ਚੱਜ ਦੀਆਂ ਗੱਲਾਂ ਵਿਦ ਜੋਲੀ ਅੰਕਲ। ਜੋਲੀ ਜੋਲੀ ਗੱਲਾਂ ਤੇ ਜੋਲੀ ਜੋਲੀ ਗੱਲਾਂ ਕਰਦੇ ਕਰਦੇ ਕਾਫੀ ਕੁਝ ਸਿਖਾ ਜਾਂਦੇ ਹੋ, ਥੋੜੇ ਜਿਹੇ ਵਕਫੇ ਵਿੱਚ ਹੀ ਸਾਨੂੰ। ਸੋ ਅੱਜ ਅਸੀਂ ਲਾਸਟ ਗੱਲਾਂ ਕਰ ਰਹੇ ਸੀ ਗ੍ਰਾਫੋਲੋਜੀ ਸਾਇੰਸ ਬਾਰੇ, ਉਹ ਸਾਡੇ ਨਾਲ ਕੋਈ ਗੱਲਾਂ ਸ਼ੇਅਰ ਕਰਦੇ ਪਏ ਸੀਗੇ ਕਿ ਕੀ ਹੁੰਦੀ ਆ, ਤੇ ਅਸੀਂ ਕਾਫੀ ਕੁਝ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ। ਸੋ ਅੱਜ ਉਹ ਸਾਨੂੰ ਦੱਸਣਗੇ ਸਿਗਨੇਚਰਸ ਸਾਨੂੰ ਕਰਨ ਵਕਤ ਕਿਹੜੇ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਤਾਂ ਜੋ ਆਪਣੇ ਅਸੀਂ ਕਿਸੇ ਵੀ ਫੀਲਡ ਦੇ ਵਿੱਚ, ਜਿਸ ਫੀਲਡ ਦੇ ਵਿੱਚ ਵੀ ਹੈਗੇ ਹਾਂ, ਕਿ ਸਕਸੈਸ ਗੇਨ ਕਰ ਸਕੀਏ ਅਤੇ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ। ਤਾਂ ਸਾਇੰਸ ਦਾ ਕਾਫੀ ਅਸਰ ਹੁੰਦਾ ਸਾਡੇ ਸਾਰੇ ਥਰੂ ਆਊਟ ਸਕਸੈਸ ਲਾਈਫ ਦੇ ਵਿੱਚ ਜਾਂ ਕੁਛ ਵੀ, ਹੈ ਨਾ। ਸੋ ਪਹਿਲਾਂ ਕਰੀਏ ਸਵਾਗਤ ਜੋਲੀ ਜੀ ਦਾ ਅਤੇ ਕਰਦੇ ਹਾਂ ਗੱਲਬਾਤ ਦੀ ਸਟਾਰਟਿੰਗ। ਸੋ ਲੈਟਸ ਵੈਲਕਮ ਜੋਲੀ ਅੰਕਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ। ਸਭ ਤੋਂ ਪਹਿਲੇ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਵੀ ਬਹੁਤ ਬਹੁਤ, ਸਾਰੇ ਇੰਡੀਆ ਜਿੰਨੇ ਵੀ ਵਿਊਰ ਦੇਖਦੇ ਆ ਜਾਂ ਤੁਹਾਡੀ ਸਾਰੀ ਫੈਮਿਲੀ ਨੂੰ ਵਧਾਈਆਂ ਬਹੁਤ ਬਹੁਤ। ਜੀ, ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀ ਗ੍ਰਾਫੋਲੋਜੀ, ਸਾਇੰਸ ਆਫ ਹੈਂਡ ਰਾਈਟਿੰਗ ਐਂਡ ਸਿਗਨੇਚਰ। ਹਾਂਜੀ ਹਾਂਜੀ, ਉਹਦੇ ਚ ਅਸੀਂ ਕਾਫੀ ਚੀਜ਼ਾਂ ਕਵਰ ਕੀਤੀਆਂ ਸੀ। ਅੱਜ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਸਿਗਨੇਚਰ ਦੇ ਉੱਤੇ ਕੁਝ ਪੁਆਇੰਟਸ ਇਸ ਤਰ੍ਹਾਂ ਦੇ ਸ਼ੇਅਰ ਕਰ ਦਈਏ। ਇਹ ਪ੍ਰੋਗਰਾਮ ਬੇਸਿਕਲੀ ਉਹਨਾਂ ਸਾਰੇ ਲੋਕਾਂ ਲਈ ਹੈਗਾ ਜਿਹੜੇ ਸਾਈਨ ਕਰਦੇ ਨੇ, ਕਿਉਂਕਿ ਜੇ ਅਸੀਂ ਪ੍ਰੋਪਰਟੀ ਲੈਣੀ ਹੈ, ਖਰੀਦਣੀ ਹੋਏ, ਵੇਚਣੀ ਹੋਏ, ਤੇ ਸਾਈਨ ਦਾ ਰੋਲ ਬੜਾ ਵੱਡਾ ਹੈਗਾ। ਬੈਂਕ ਦਾ ਕੋਈ ਕੰਮ ਹੈ, ਪਾਸਪੋਰਟ ਦਾ ਕੰਮ ਹੈ, ਗੌਰਮੈਂਟ ਦਾ ਕੋਈ ਵੀ ਕੰਮ ਤਾਂ ਤਾਂ ਕੰਪਲੀਟ ਨਹੀਂ ਹੁੰਦਾ ਜਦ ਤੱਕ ਕਿ ਸਾਡੇ ਸਾਈਨ ਉਹਦੇ ਤੇ ਨਹੀਂ ਹੁੰਦੇ। ਤੇ ਸਾਈਨ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਇੰਨੇ ਇੰਪ੍ਰੈਸਿਵ ਹੋਣੇ ਚਾਹੀਦੇ ਨੇ, ਕਿਉਂਕਿ ਸਾਡੇ ਤੋਂ ਪਹਿਲੇ ਸਾਡੇ ਸਾਈਨ ਕਿਸੇ ਕੋਲ ਜਾਂਦੇ ਨੇ, ਸਾਡੇ ਸਾਈਨ ਸਾਡੀ ਪਰਸਨੈਲਿਟੀ ਦੱਸ ਦਿੰਦੇ ਨੇ ਕਿ ਇਹ ਬੰਦੇ ਦੀ ਸੋਚ ਕਿੱਦਾਂ ਦੀ ਹੋਏਗੀ, ਇਹਦਾ ਕੰਮ ਕਰਨ ਦਾ ਸੁਭਾਅ ਕਿੱਦਾਂ ਦਾ ਹੈ, ਕਿੱਦਾਂ ਦਾ ਇਹਦਾ ਤਰੀਕਾ ਹੈਗਾ। ਤੇ ਸਾਈਨ ਹੁਣ ਨਾਰਮਲੀ ਮੈਂ ਡਰਾ ਕਰਕੇ ਵੀ ਦਿਖਾ ਦਿੰਦਾ ਕਿ ਅਸੀਂ ਤਿੰਨ ਤਰੀਕੇ ਨਾਲ ਕਰਦੇ ਹੈਗੇ ਆ ਸਾਈਨ। ਵੀ ਇਸ ਤਰ੍ਹਾਂ ਕੁਛ ਲੋਕ ਜਿੱਦਾਂ ਏ ਬੀ ਔਰ ਸੀ, ਵੀ ਕੁਛ ਲੋਕੀ ਬਿਲਕੁਲ ਸਟ੍ਰੇਟ ਇਸ ਤਰ੍ਹਾਂ ਸਾਈਨ ਕਰਦੇ ਹੈਗੇ ਨੇ, ਕੁਛ ਲੋਕਾਂ ਦੇ ਸਾਈਨ ਇਹ 30 to 40 degree ਦੇ ਐਂਗਲ ਤੇ ਇਸ ਤਰਫ ਹੁੰਦੇ ਨੇ, ਕੁਛ ਇਸ ਤਰ੍ਹਾਂ ਅੰਦਰ ਵੱਲ ਜਿਹੜੇ 90 angle ਤੋਂ ਪਿੱਛੇ ਚਲੇ ਜਾਂਦੇ ਹੈਗੇ ਨੇ, ਉਹ ਇਸ ਤਰ੍ਹਾਂ ਹੁੰਦੇ ਹੈਗੇ ਨੇ। ਤੇ ਬੇਸਿਕਲੀ ਜਿਹੜੇ 90 ਦੇ ਐਂਗਲ ਤੋਂ ਪਿੱਛੇ ਵੱਲ ਚਲੇ ਜਾਂਦੇ ਨੇ, ਉਹ ਕਿਸੇ ਦੇ ਵੀ ਸਾਈਨ ਦੇਖੋਗੇ ਤੁਸੀਂ ਤੇ ਤੁਹਾਨੂੰ ਇਕਦਮ ਆਈਡੀਆ ਹੋਏਗਾ ਕਿ ਉਹ ਲੋਕੀ ਥੋੜਾ ਜਿਹਾ ਇੰਟਰੋਵਰਟ ਹੁੰਦੇ ਨੇ, ਜਲਦੀ ਖੁੱਲਦੇ ਨੇ, ਆਪਣੇ ਦਿਲ ਦੀ ਗੱਲ ਇਜ਼ਲੀ ਨਹੀਂ ਸ਼ੇਅਰ ਕਰਦੇ ਕਿਸੇ ਦੇ ਨਾਲ। ਜਿਹੜੇ ਰਾਈਟ ਹੈਂਡ ਸਾਈਡ ਤੇ ਹੁੰਦੇ ਨੇ ਉਹ ਥੋੜੇ ਜਿਹੇ ਖੁੱਲੇ ਸੁਭਾਅ ਦੇ ਹੁੰਦੇ ਨੇ, ਫਲੈਕਸੀਬਲ ਨੇਚਰ ਦੇ ਹੁੰਦੇ ਨੇ, ਕਿਸੇ ਵੀ ਮਾਹੌਲ ਵਿੱਚ ਜਾਣਗੇ, ਕਿਸੇ ਆਫਿਸ ਵਿੱਚ ਕੰਮ ਕਰਦੇ ਨੇ, ਕਿਸੇ ਸੋਸਾਇਟੀ ਚ ਵੀ ਜਿੱਥੇ ਵੀ ਉਹ ਰਹਿੰਦੇ ਨੇ, ਤੇ ਉਹ ਥੋੜੇ ਮਿਲਣਸਾਰ ਐ ਨੀ ਵੇਟ ਕਰਨਗੇ ਕਿ ਕੋਈ ਆਏਗਾ 6 ਮਹੀਨੇ ਸਾਲ ਬਾਅਦ ਮੈਨੂੰ ਮਿਲੇਗਾ, ਉਹ ਸ਼ੁਰੂਆਤ ਕਰੇਗਾ ਤੇ ਮੈਂ ਉਹਦੇ ਨਾਲ ਗੱਲ ਕਰਨੀ ਤਾਂ ਮੈਂ ਰਿਲੇਸ਼ਨ ਬਣਾਉਣੇ ਨੇ। ਔਰ ਜਿਹੜੇ ਸਟ੍ਰੇਟ 90 degree ਦੇ ਉੱਤੇ ਮੈਂ ਦੱਸੇ, ਉਹ ਇਹਨਾਂ ਦੋਨੋਂ ਦਾ ਮਿਕਸਚਰ ਹੁੰਦੇ ਨੇ ਬੇਸਿਕਲੀ, ਇੰਟਰੋਵਰਟ ਔਰ ਜਿਹੜੇ
ਥੋੜੇ ਫਲੈਕਸੀਬਲ ਜਾਂ ਇਸ ਤਰ੍ਹਾਂ ਦੇ ਹੈਗੇ ਨੇ, ਉਹਨਾਂ ਦਾ ਮਿਕਸਚਰ ਹੁੰਦਾ। ਉਹ ਨਾਰਮਲੀ ਜਿਹੜੇ ਗਵਰਨਮੈਂਟ ਆਫੀਸ਼ਲਸ ਤੁਸੀਂ ਦੇਖੋਗੇ ਤੇ ਉਹ ਬਿਲਕੁਲ ਸਟੇਟ ਸਾਈਨ ਹੁੰਦੇ ਨੇ। ਇਹ ਲੋਕੀ ਆਰਡਰ ਬਣਾਉਣਾ ਜਾਣਦੇ ਨੇ, ਆਰਡਰ ਦੇਣਾ ਜਾਣਦੇ ਨੇ, ਔਰ ਉਸ ਆਰਡਰ ਨੂੰ ਮਨਵਾਉਣਾ ਜਾਣਦੇ ਨੇ। ਇਹਨਾਂ ਦੀ ਡਿਊਟੀਜ਼ ਇਸ ਤਰ੍ਹਾਂ ਦੀ ਹੁੰਦੀ ਹੈਗੀ। ਲੇਕਿਨ ਹੁਣ ਜੇ ਇੱਕ ਵਪਾਰੀ ਹੈਗਾ, ਬਿਜ਼ਨਸਮੈਨ ਹੈਗਾ, ਉਹ ਆਰਡਰ ਦੇ ਕੇ ਕੰਮ ਨਹੀਂ ਕਰਵਾ ਸਕਦਾ। ਚਾਹੇ ਅਸੀਂ ਸਟਾਫ ਨੂੰ ਸੈਲਰੀ ਦਿੰਦੇ ਹਾਂ, ਸਭ ਕੁਛ ਹੈ, ਲੇਕਿਨ ਅਸੀਂ ਡਿਕਟੇਟ ਨਹੀਂ ਕਰ ਸਕਦੇ। ਸਾਨੂੰ ਥੋੜੀ ਜਿਹੀ ਫਲੈਕਸੀਬਿਲਿਟੀ ਰੱਖਣੀ ਪੈਂਦੀ ਉਹਨਾਂ ਨਾਲ। ਇੱਕ ਮਿੰਟ ਜੀ, ਜਰਾ ਅੱਜ ਇੱਥੇ ਮੌਸਮ ਖਰਾਬ, ਗੱਲਾਂ ਤੰਗ ਕਰ ਰਿਹਾ। ਦਿੱਲੀ ਦੇ ਪੋਲਿਊਸ਼ਨ ਨੇ ਸਭ ਦੇ ਗਲੇ ਖਰਾਬ ਕਰਤੇ ਇੱਥੇ। ਉਹ ਮੇਰੇ ਖਿਆਲ ਪਟਾਕੇ ਵਗੈਰਾ ਚੱਲਦੇ ਰਹੇ ਉਹਦੇ ਕਰਕੇ। ਹਾਂਜੀ, ਉਸ ਤੋਂ ਬਾਅਦ ਬਹੁਤ ਜ਼ਿਆਦਾ ਮੌਸਮ ਇੱਥੇ ਸਾਰਾ ਹੀ ਖਰਾਬ ਹੋ ਗਿਆ ਦਿੱਲੀ ਦਾ। ਬਾਰ ਬਾਰ ਗਰਮ ਪਾਣੀ ਪੀਣਾ ਪੈਂਦਾ ਤੇ ਇਹ ਤੇ ਇੱਕ ਬੇਸਿਕ ਜਰਨਲ ਹੋ ਗਿਆ। ਹੁਣ ਕੁਛ ਲੋਕੀ ਸਾਈਨ ਜਿਹੜੇ ਨੇ, ਜਿਸ ਤਰ੍ਹਾਂ ਅਸੀਂ ਕੱਪੜੇ ਲੈਣ ਜਾਂਦੇ ਹਾਂ ਰੈਡੀਮੇਡ ਸ਼ੋਪ ਤੇ, ਤੇ ਲਾਰਜ, ਮੀਡੀਅਮ, ਸਮਾਲ ਹੁੰਦੇ ਨੇ, ਫਿਰ ਇੱਕ ਐਕਸਟਰਾ ਸਮਾਲ ਹੁੰਦੇ ਨੇ, ਇੱਕ ਐਕਸਟਰਾ ਲਾਰਜ ਹੁੰਦੇ ਨੇ। ਤੇ ਬੇਸਿਕਲੀ ਸਾਈਨ ਚ ਵੀ ਇਹ ਪੰਜ ਪੈਟਰਨ ਦੇਖਣ ਨੂੰ ਮਿਲਦੇ ਨੇ। ਕੁਛ ਲੋਕੀ ਜਿਹੜੇ ਬਹੁਤ ਛੋਟੇ ਛੋਟੇ ਸਾਈਨ ਕਰਦੇ ਹੈਗੇ ਨੇ, ਉਹ ਬੜੀ ਰਿਜ਼ਰਵ ਨੇਚਰ ਦੇ ਹੋਣਗੇ। ਉਹ ਰਿਸਰਚ ਦਾ ਕੋਈ ਕੰਮ ਹੈਗਾ, ਕੋਈ ਡੀਪ ਸਟੱਡੀ ਹੈਗੀ, ਉਹਦੇ ਚ ਤੇ ਬੜੇ ਅੱਛੇ ਹੁੰਦੇ ਹੈਗੇ ਨੇ। ਲੇਕਿਨ ਅਦਰਵਾਈਜ਼ ਉਹ ਆਪਣਾ ਟੈਲੈਂਟ ਵੀ ਖੁੱਲ ਕੇ ਨਹੀਂ ਦੱਸ ਪਾਉਂਦੇ। ਉਹਨਾਂ ਕੋਲ ਕੀ ਕੀ ਗੁਣ ਹੈਗੇ ਨੇ, ਕੀ ਕੀ ਕੁਆਲਿਟੀਜ਼ ਹੈਗੀਆਂ ਨੇ, ਉਹਨੂੰ ਪ੍ਰੋਪਰਲੀ ਐਕਸਪ੍ਰੈਸ ਨਹੀਂ ਕਰ ਪਾਉਂਦੇ। ਇਸ ਕਰਕੇ ਮੈਂ ਹਮੇਸ਼ਾ ਸੁਜੈਸਟ ਕਰਦਾ ਲੋਕਾਂ ਨੂੰ, ਮੈਂ ਕਿਤਾਬ ਵੀ ਲਿਖੀ ਸੀ, ਹਿੰਦੀ ਦੇ ਵਿੱਚ ਹੈਗੀ, ਗ੍ਰਾਫੋਲੋਜੀ ਕਾਮਯਾਬੀ ਕੀ ਮਾਸਟਰ ਚਾਬੀ। ਇਹਦੇ ਚ ਮੈਂ ਸਾਰੀਆਂ ਚੀਜ਼ਾਂ ਐਕਸਪਲੇਨ ਕੀਤੀਆਂ, ਔਰ ਇਹ ਸਭ ਜਗ੍ਹਾ ਤੇ ਅਵੇਲੇਬਲ ਹੈਗੀ ਕਿਤਾਬ, ਬੜੀ ਪਾਪੂਲਰ ਕਿਤਾਬ ਹੈ। ਹਿੰਦੀ ਚ ਪਹਿਲੀ ਕਿਤਾਬ ਮੇਰੀ ਹੈਗੀ ਹੈ। ਤੇ ਸਾਈਨ ਹਮੇਸ਼ਾ ਜਿਹੜੇ ਕਰੀਏ ਨਾ, ਉਹ ਮੀਡੀਅਮ ਸਾਈਜ਼ ਦੇ ਹੋਣੇ ਚਾਹੀਦੇ। ਹੈਂਡਰਾਈਟਿੰਗ ਅਕਸ਼ਰ ਜਿਹੜੇ ਨੇ ਸਾਡੇ, ਅਲਫਾਬੈਟ ਨੇ, ਉਹ ਮੀਡੀਅਮ ਸਾਈਜ਼ ਦੇ। ਲੇਕਿਨ ਜਿਹੜਾ ਸਾਡੇ ਨਾਂ ਦਾ ਪਹਿਲਾ ਅਕਸ਼ਰ ਹੈ, ਜਿਵੇਂ ਹੁਣ ਤੁਹਾਡਾ ਨਾਂ ਹੈ ਸੁਮਨ, ਐਸ ਜਿਹੜਾ ਹੈਗਾ ਉਹ ਇੱਕ ਤੇ ਸਟਾਰਟਿੰਗ ਦੇ ਵਿੱਚ ਕਦੇ ਵੀ ਸਮਾਲ ਐਸ ਤੋਂ ਨਹੀਂ ਸ਼ੁਰੂ ਕਰਨੇ ਚਾਹੀਦੇ। ਉਹਦੇ ਨਾਲ ਕੀ ਹੈ ਕਿ ਅਸੀਂ ਆਪਣੇ ਆਪ ਨੂੰ ਨਾ ਬੜਾ ਲੋ ਪ੍ਰੋਫਾਈਲ ਤੇ ਰੱਖਦੇ ਹਾਂ। ਸਾਡਾ ਕੰਫੀਡੈਂਸ ਜਿਹੜਾ ਹੈ ਨਾ, ਉਹ ਅਸੀਂ ਆਪ ਹੀ ਲੋ ਕਰ ਦਿੰਦੇ, ਸਾਨੂੰ ਕੋਈ ਦੂਸਰਾ ਨਹੀਂ ਕਹਿੰਦਾ। ਲੇਕਿਨ ਅਸੀਂ ਆਪਣੇ ਆਪ ਨੂੰ ਹੀ ਥੋੜਾ ਜਿਹਾ ਅੰਡਰ ਐਸਟੀਮੇਟ ਕਰਨ ਲੱਗ ਜਾਂਦੇ। ਬਹੁਤ ਸਾਰੇ ਕੰਮ ਅਸੀਂ ਈਜ਼ੀਲੀ ਕਰ ਸਕਦੇ ਹਾਂ, ਲੇਕਿਨ ਉਹ ਸਾਡਾ ਮਾਇੰਡ ਸੈਟ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਅਸੀਂ ਉਹ ਕਰ ਹੀ ਨਹੀਂ ਪਾਉਂਦੇ ਹੈਗੇ। ਇਸੇ ਤਰ੍ਹਾਂ ਜਿਹੜੇ ਲੋਕ ਥੋੜੇ ਵੱਡੇ ਸਾਈਨ ਕਰਦੇ ਨੇ, ਫਸਟ ਅਲਫਾਬੈਟ ਵੱਡਾ ਲਿਖਦੇ ਨੇ, ਉਹ ਬਿਜ਼ਨਸ ਦੇ ਵਿੱਚ ਪੋਲੀਟੀਸ਼ੀਅਨ ਹੋਣਗੇ, ਤੇ ਉਹ ਆਪਣੇ ਆਪ ਨੂੰ ਜੋ ਐਕਚੁਅਲੀ ਚ ਹੈਗੇ ਨੇ, ਜੇ ਉਹ ਥੋੜਾ ਜਿਵੇਂ ਐਸ ਬਹੁਤ ਵੱਡਾ ਦਿਖਾਇਆ ਜੋਲੀ ਹੈ, ਤੇ ਜੇ ਬਹੁਤ ਵੱਡਾ ਦਿਖਾਇਆ, ਤੇ ਉਹ ਜੋ ਐਕਚੁਅਲ ਹੈਗੀ ਰਿਐਲਿਟੀ, ਉਸ ਤੋਂ ਵੀ ਜ਼ਿਆਦਾ ਵਧਾ ਚੜਾ ਕੇ ਸ਼ੋ ਕਰਨਾ ਚਾਹੁੰਦੇ ਨੇ, ਸਾਹਮਣੇ ਵਾਲੇ ਤੇ ਇੱਕ ਅਲੱਗ ਇੰਪ੍ਰੈਸ਼ਨ ਪਾਉਣਾ ਚਾਹੁੰਦੇ ਨੇ। ਹਾਂ, ਉਹ ਸ਼ੋ ਆਫ ਵਿੱਚ ਬਿਲੀਵ ਕਰਦੇ ਹੈਗੇ ਨੇ, ਉਹ ਦੂਸਰਿਆਂ ਦੇ ਉੱਤੇ ਇੱਕ ਆਪਣਾ ਅਲੱਗ ਪ੍ਰਭਾਵ ਛੱਡਣਾ ਚਾਹੁੰਦੇ ਨੇ ਕਿ ਵੀ ਮੈਂ ਭੀੜ ਦੇ ਵਿੱਚ ਬਿਲਕੁਲ ਸਾਰਿਆਂ ਨਾਲੋਂ ਅਲੱਗ ਹੈਗਾ। ਉਹ ਅਟੈਂਸ਼ਨ ਸੀਕਰ ਹੁੰਦੇ ਨੇ ਬੇਸਿਕਲੀ। ਤੇ ਸਾਨੂੰ ਮੀਡੀਅਮ ਜੇ ਅਸੀਂ ਕਹੀਏ, ਤੇ ਜੋ ਅਲਫਾਬੈਟ ਜਿਸ ਸਾਈਜ਼ ਦੇ ਅਸੀਂ ਲਿਖ ਰਹੇ ਹਾਂ, ਉਸ ਤੋਂ ਤਕਰੀਬਨ ਡਬਲ ਸਾਈਜ਼ ਦਾ ਸਾਡਾ ਜਿਹੜਾ ਨਾਂ ਦਾ ਪਹਿਲਾ ਅਕਸ਼ਰ ਉਹ ਹੋਣਾ ਚਾਹੀਦਾ। ਇਸੇ ਤਰ੍ਹਾਂ ਜੇ ਅਸੀਂ ਨਾਲ ਸਰਨੇਮ ਲਿਖਦੇ ਹਾਂ, ਤੇ ਸਰਨੇਮ ਦਾ ਵੀ ਪਹਿਲਾ ਅਕਸ਼ਰ ਜਿਹੜਾ ਹੈ ਉਹ ਫਸਟ ਅਲਫਾਬੈਟ ਦੇ ਬਰਾਬਰ ਹੋਣਾ ਚਾਹੀਦਾ ਹੈਗਾ। ਅੱਜ ਕੱਲ੍ਹ ਦੇ ਜਿਹੜੇ ਯੰਗਸਟਰ ਹੈਗੇ ਨੇ, ਬੱਚੇ ਹੈਗੇ ਨੇ, ਉਹ ਸਰਨੇਮ ਮੋਸਟਲੀ ਨਹੀਂ ਲਿਖਦੇ ਹੈਗੇ, ਉਹ ਸਿਰਫ ਆਪਣਾ ਨਾਂ ਲਿਖਦੇ ਹੈਗੇ ਨੇ, ਪਹਿਲਾ ਨਾਂ ਜਿਹੜਾ ਇੱਕ ਹੈਗਾ ਬਸ ਉਹ ਲਿਖਦੇ। ਸਰਨੇਮ ਉਹਨਾਂ ਨੂੰ ਲਿਖਣਾ ਚੰਗਾ ਨਹੀਂ ਲੱਗਦਾ। ਕੁਛ ਕਹਿੰਦੇ ਨੇ ਕਿ ਇਹ ਬਹੁਤ ਵੱਡਾ ਹੋ ਜਾਂਦਾ ਹੈਗਾ, ਕੁਛ ਕਹਿੰਦੇ ਨੇ ਕਿ ਨਹੀਂ, ਇਸ ਸਰਨੇਮ ਸਾਨੂੰ ਪਸੰਦ ਨਹੀਂ ਹੈਗਾ, ਤੇ ਇਸ ਕਰਕੇ ਉਹ ਨਾਂ ਨਹੀਂ ਲਿਖਦੇ ਹੈਗੇ।
पूरा अपने ओ पिंड जेड़े ने लिख लैंदे आ ना, कई अपने विलेज दा नाम भी लिख लैंदे आ नाल ना, कि हाँ तुसीं हम किधर लिखे। साउथ च जेड़े ने साउथ इंडियन जेड़े ने ओ अपना ना अपने फादर दा ग्रैंड पेरेंट और अपने विलेज दा ना ओ सारे लिखते ने इनिशियल दी फॉर्म च। साडे पंजाबियां च ट्रेंड हो गया है नॉर्थ इंडिया च इत्थे कि सिर्फ अपना नाम जेड़े बच्चे ने मोस्टली मेरे को जेड़े साइन आंदे ने ओ सिर्फ अपना नाम लिख देंगे। ਤੁਹਾਨੂੰ ਕੀ ਲੱਗਦਾ ਕਿ ਆਪਣਾ ਹੀ ਲਿਖਣਾ ਚਾਹੀਦਾ ਜਾਂ ਸਾਰਾ? नहीं जेड़ा अपना लिखते नहीं वो बिल्कुल सेल्फ सेंटर्ड पर्सनैलिटी बन जाती है, फैमिली नाल उन्हां दी अटैचमेंट उन्नी ज्यादा नहीं रहती है, उन्हां दी प्रायोरिटीज जड़ियां ने उन्हां दी पर्सनल लाइफ उन्हां दी पढ़ाई लिखाई उन्हां दा कैरियर उन्हां दी फर्स्ट प्रायोरिटी हो रह जाती। फैमिली च की हो रहा है किसी नूं उन्हां दी लोड़ हैगी है उहदे च उह ज्यादा ध्यान नहीं दिंदे हैगे। सेल्फ सेंटर्ड हो जाने वाले। हाँ जी लेकिन जे असी सरनेम नाल लिख दे हैं हाँ जी ते उस तो बाद जे सरनेम लिख दे हैं जी ते फैमिली दी पूरी सपोर्ट साडे नाल रहिंदी है, साडे पेरेंट्स ग्रैंड पेरेंट्स जेडे बुजुर्ग साडे नहीं भी रहे उन्हां दा भी प्यार उन्हां दी ब्लेसिंग उन्हां दी सपोर्ट जेड़ी है वो हर वक्त साडे नाल रहिंदी है। असी कदी भी किसी भी शहर च होइए किधरे दूर प्रदेश च भी जाके रहना होए ते कदी भी असी अपने आप नूं कल्ला फील नहीं करदे, हमेशा है हुंदा कि पुत्तर मैं तेरे नाल आ, फिकर नहीं कर, हाँ वड्डिया दा आशीर्वाद जेड़ा है वो साडे मोढे ते हथ रहिंदा उहनां दा, तो जेड़ा एक कॉन्फिडेंस अंदर बन जांदा हैगा वो बड़ा हेल्पफुल हुंदा हैगा। ते मैं ते हमेशा रिकमेंड करदा सारिआं नूं कि सरनेम जरूर लिखो, तुहाडा कॉन्फिडेंस लैवल बाकी बच्चों का कंपेरेटिवली बहुत ज्यादा बढ़ जाएगा, तुहानू किधरे भी दिक्कत नहीं आएगी। इंडिपेंडेंट तो तुसी है ही हो अपने काम कर रहे हो सब कुछ है, लेकिन सोशल सपोर्ट फैमिली की सपोर्ट, मैं कई बार एग्जाम्पल देना जिवें गड्डी दी तुसी गल कीती, गड्डी लेके आने बाइक लेके आने चाबी नाल असी खोलते हैं चाबी नाल बंद करते हैं, घर का ताला है उहदे नाल चाबी नाल ही खोलना है, लेकिन उसके बावजूद असी 200-400-500 रुपए का एक वधिया जिहा की चेन लैके आने, वो की चेन का कोई रोल नहीं है, उन्हें गड्डी खोलन बंद करने च कोई काम नहीं करना, लेकिन एक नाल सपोर्ट है कि वो चाबी जे नाल की चेन नहीं है तो घूमन का डर है, तो जे वो की चेन नाल है तो चाबी कभी घूमती नहीं है। इस करके बिल्कुल इकले चलण नालों चंगा है कि साडे नाल साडे घरदिआं दी साडे फ्रेंड सर्कल दी साडी सोशल सपोर्ट जिहड़ी उह साडे नाल होए, उहदे नाल बहुत सारी जिंदगी दे काम जिहड़े ने बड़े आसान हो जांदे हैगे। ना एक कुछ लोकी ना साइन पहला अल्फाबेट जिवें लिखिआ या साइन कीता ते उहदे बाद उहनूं सर्कल विच बंद कर दिंदे ने, उह नहीं करना चाहीदा, उहदे नाल की हैगा कि उहनां दा थॉट प्रोसैस ना वो लिमिटेड कर देंगे ने वो, हाँ। वो वड्डी गल नहीं सोच पांदे जेडे एक अपने कंफर्ट जोन विच रह के ओ सी ता के खुश आ भी थोड़े जे दायरा बना लेने अपना। हाँ वो दायरा बना लेंदे ने, मैं वो भी दिखा देना तुहानू ओदे नाल क्लियर हो जाएगा। ए मैं तुहाडा ही नाम लिखा जिदा हूं कई बंदे ने इस तरह बना देंगे राउंड पे है ना। हाँ एदे नाल की है कि हुण असी जेड़े जोन विच रह घुमा देने लाइन उपर ना वो नहीं करना। हाँ कई इस तरह घुमा देंगे ने, कई इस तरह करके ना इंज करके तो फिर इंज साइन कर देंगे ने, फर्स्ट दोनों तरीके नाल अलग अलग करते है ने, ते नाल की है कि साड़ी सोच विजन जड़ा है ना वो बड़ा लिमिटेड रह जाता है, एक कंफर्ट जोन जड़ा साड़ा बनया है, जिवें फैमिली का बिजनेस है जो चल रहा है जिथे तक चल रहा है जिन्ना है बस असी उहदे नाल सैटिस्फाई रहने हैं, उस तो अगे असी नवा कुछ सोच के नवा ही कुछ एक्सपैरिमेंट करके उसनों वधाने की कोशिश नहीं करते हैं।
ਤੇ ਅੱਜ ਦੀ ਡੇਟ ਵਿੱਚ ਜਦ ਤੱਕ ਹਰ ਦਿਨ ਅਸੀਂ ਜੇ ਕੁਛ ਨਵਾਂ ਨਹੀਂ ਕਰਦੇ, ਆਪਣੇ ਆਪ ਨੂੰ ਅੱਗੇ ਨਹੀਂ ਲੈ ਕੇ ਜਾਂਦੇ, ਤੇ ਲਾਈਫ ਇੰਨੀ ਕੰਪੀਟੀਟਿਵ ਹੈਗੀ ਕਿ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ। ਸਹੀ ਕਹਿ ਰਹੇ ਤੁਸੀਂ। ਇੱਕ ਕਈ ਲੋਕੀ ਡੋਨਲਡ ਟਰੰਪ ਦੇ ਸਾਈਨ ਜਿੱਦਾਂ ਹੈਗੇ, ਕਈਆਂ ਨੇ ਦੇਖੇ ਹੋਣੇ ਨੇ, ਮੈਂ ਪਹਿਲੇ ਵੀ ਦਿਖਾਏ ਸੀ ਇੱਕ ਵਾਰੀ ਜਦੋਂ ਅਸੀਂ ਡਿਸਕਸ ਕਰ ਲਏ ਸੀ। ਇਹ ਕੁਛ ਲੋਕੀ ਨੇ ਇਸ ਤਰ੍ਹਾਂ ਦੇ ਸ਼ਾਰਪ ਬਣਾ ਦਿੰਦੇ ਨੇ ਬਹੁਤ। ਇਹਦੇ ਨਾਲ ਕੀ ਹੈਗਾ ਕਿ ਸਾਡੇ ਅੰਦਰ ਐਗਰੈਸ਼ਨ ਬਹੁਤ ਜ਼ਿਆਦਾ ਆ ਜਾਂਦਾ ਹੈ, ਈਗੋ ਬਹੁਤ ਡਿਵੈਲਪ ਹੋ ਜਾਂਦੀ, ਤੇ ਇਸ ਤਰ੍ਹਾਂ ਦੇ ਸਾਈਨ ਨੂੰ ਬਚਣਾ ਚਾਹੀਦਾ ਹੈਗਾ। ਸਾਨੂੰ ਕੋਸ਼ਿਸ਼ ਕਰਕੇ ਨਾ ਥੋੜੇ ਜਿਹੇ ਕਰਵ ਨਾਲ ਸਾਈਨ ਬਣਾਉਣੇ ਚਾਹੀਦੇ, ਉਹਦੇ ਨਾਲ ਇਮੋਸ਼ਨਸ ਸਾਡੀਆਂ ਬਣੀਆਂ ਰਹਿੰਦੀਆਂ ਨੇ ਔਰ ਫਲੈਕਸੀਬਿਲਿਟੀ ਬਣੀ ਰਹਿੰਦੀ। ਕੁਛ ਹੁਣ ਜਿਵੇਂ ਮੇਰਾ ਨਾਂ ਹੈ JPS ਜੌਲੀ, ਜੇ ਤੋਂ ਬਾਅਦ ਵੀ ਡੋਟ ਲਗਾਉਣਗੇ, ਪੀ ਤੋਂ ਬਾਅਦ ਵੀ ਡੋਟ ਲਗਾਉਣਗੇ, ਇਸ ਤੋਂ ਬਾਅਦ ਉਹ ਡੋਟ ਨਹੀਂ, ਹਾਂ ਉਹ ਨਹੀਂ ਲਗਾਉਣੇ, ਡੋਟ ਕਦੀ ਨਹੀਂ ਲਗਾਉਣੇ ਚਾਹੀਦੇ। ਉਹ ਅਨਐਕਸਪੈਕਟਿਡ ਹਰਡਲ ਸਾਡੀ ਲਾਈਫ ਵਿੱਚ ਲੈ ਕੇ ਆਉਂਦੇ ਨੇ, ਮੀਨ ਸਟਾਪ ਲੱਗਦਾ। ਹਾਂਜੀ, ਉਹ ਬੇਸਿਕਲੀ ਸਪੀਡ ਬ੍ਰੇਕਰ ਦਾ ਕੰਮ ਕਰਦੇ ਹੈਗੇ ਨੇ, ਤੇ ਉਥੋਂ ਬਚਣ ਦੀ ਲੋੜ ਹੈਗੀ, ਉਹਨਾਂ ਨੂੰ ਨਹੀਂ ਯੂਜ਼ ਕਰਨਾ ਚਾਹੀਦਾ। ਔਰ ਕਈ ਲੋਕੀ ਲਾਸਟ ਵਿੱਚ ਸਾਈਨ ਪੂਰਾ ਕਰਕੇ ਲਾਸਟ ਵਿੱਚ ਇੱਕ ਡੋਟ ਲਗਾ ਦਿੰਦੇ ਨੇ, ਉਹਦੇ ਨਾਲ ਡੈਡੀਕੇਸ਼ਨ ਤੇ ਹੁੰਦੀ ਹੈ ਕਿ ਬਈ ਇੱਕ ਕੰਮ ਅਸੀਂ ਜਿਹੜਾ ਕਰ ਰਹੇ ਹਾਂ ਉਹਨੂੰ ਪੂਰੀ ਡੈਡੀਕੇਸ਼ਨ ਨਾਲ ਕਰਾਂਗੇ, ਲੇਕਿਨ ਉਹਨੂੰ ਪੂਰਾ ਕਰਨ ਤੋਂ ਬਾਅਦ ਫਿਰ ਅਸੀਂ ਅੱਗੇ ਨਵਾਂ ਕੁਛ ਕਰਨ ਦੇ ਬਾਰੇ ਨਹੀਂ ਸੋਚਦੇ। ਦੇਖੋ ਹਾਂ, ਰੂਟੀਨ ਵਿੱਚ ਵੀ ਅਸੀਂ ਜਦੋਂ ਕੋਈ ਗੱਲ ਕਰਨੀ ਹੋਏ, ਲਿਖਣੀ ਹੋਏ, ਤੇ ਫੁੱਲ ਸਟਾਪ ਅਸੀਂ ਉੱਥੇ ਲਗਾਉਂਦੇ ਹਾਂ ਜਿੱਥੇ ਸਾਡੀ ਗੱਲ ਪੂਰੀ ਹੋ ਜਾਂਦੀ ਹੈ। ਅਸੀਂ ਵਿਚਕਾਰ ਕਿਧਰੇ ਡੋਟ ਨਹੀਂ ਲਗਾਉਂਦੇ, ਲਾਸਟ ਵਿੱਚ ਵੀ ਬਸ ਹੁਣ ਹੋ ਗਿਆ, ਬਸ ਹੁਣ ਇਸ ਤੋਂ ਅੱਗੇ ਹੋਰ ਕੁਛ ਨਹੀਂ, ਨਾ ਮੈਂ ਕਹਿਣਾ, ਨਾ ਮੈਂ ਕੁਛ ਲਿਖਣਾ, ਨਾ ਮੈਂ ਬੋਲਣਾ, ਤੇ ਫੁੱਲ ਸਟਾਪ ਅਸੀਂ ਲਗਾਤੇ ਵੀ ਸਾਡੀ ਗੱਲ ਖਤਮ ਹੋ ਗਈ। ਤੇ ਉਹ ਚੀਜ਼ ਨੇ ਸਾਡਾ ਮਾਇੰਡ ਇਸ ਤਰ੍ਹਾਂ ਉਹਨੂੰ ਐਕਸੈਪਟ ਕਰ ਲੈਂਦਾ ਹੈਗਾ ਕਿ ਵੀ ਬਸ ਮੇਰੀ ਡਿਊਟੀ ਖਤਮ, ਹੁਣ ਮੈਂ ਅੱਗੇ ਹੋਰ ਇਹਦੇ ਨਾਲ ਕੁਛ ਨਹੀਂ ਕਰਨਾ ਹੈਗਾ। ਸੈਟੀਸਫਾਈਡ ਮਤਲਬ ਕਿ ਬੰਦਾ ਜਲਦੀ ਉਹ ਹੋ ਗਿਆ ਕਿ ਮੈਂ ਜੋ ਕਰ ਲਿਆ ਬਸ ਠੀਕ ਆ, ਓਕੇ ਆ, ਅੱਗੇ ਨਹੀਂ ਕੁਛ ਕਰਨਾ, ਹੈ ਨਾ। ਹਾਂ, ਹੁਣ ਦੂਸਰੀ ਕੋਚਿਸ ਬੜੀ ਧਿਆਨ ਰੱਖਣ ਲਈ, ਜੇ ਯੰਗਸਟਰਸ ਹੈਗੇ ਨੇ 20-22 ਸਾਲ 25 ਸਾਲ ਦੇ, ਉਹਨਾਂ ਦੀ ਲਾਈਫ ਸ਼ੁਰੂ ਹੋ ਰਹੀ ਹੈ, ਤੇ ਉਹਨਾਂ ਨੂੰ ਚਾਹੀਦਾ ਕਿ ਸਾਈਨ ਆਪਣੇ ਹਮੇਸ਼ਾ 30-40 degrees ਦੇ ਐਂਗਲ ਦੇ ਉੱਤੇ ਕਰਨ, ਜਿਵੇਂ ਪਲੇਨ ਟੇਕ ਆਫ ਕਰਦਾ ਹੈ ਨਾ, ਉਸ ਤਰ੍ਹਾਂ ਮਤਲਬ ਕਿ ਸਾਈਨ ਕਰਨ। ਉਹਦੇ ਨਾਲ ਕੀ ਸਾਡੇ ਮਾਇੰਡ ਨੂੰ ਵਾਰ ਵਾਰ ਮੈਸੇਜ ਆਉਂਦਾ ਹੈ ਕਿ ਬਈ ਹਾਂ ਮੈਂ ਹਰ ਦਿਨ ਕੁਛ ਨਵਾਂ ਕਰਨਾ ਹੈਗਾ, ਕੁਛ ਨਵੇਂ ਆਈਡੀਆਜ਼ ਡਿਵੈਲਪ ਕਰਨੇ ਹੈਗੇ ਨੇ। ਬੇਸ਼ੱਕ ਸਾਡਾ ਰੂਟੀਨ ਦਾ ਕੰਮ ਹੈ, ਇੱਕੋ ਕੰਮ ਅਸੀਂ ਬਹੁਤ ਵਾਰੀ ਪਹਿਲੇ ਤੋਂ ਕਰ ਰਹੇ ਹਾਂ, ਲੇਕਿਨ ਜਦੋਂ ਵੀ ਕਰੀਏ ਉਹਨੂੰ ਇਸ ਤਰ੍ਹਾਂ ਕਰੀਏ ਕਿ ਉਹਦੇ ਵਿੱਚ ਹੋਰ ਐਫੀਸ਼ੀਐਂਸੀ ਆ ਸਕੇ, ਉਹਨੂੰ ਹੋਰ ਇੰਪਰੂਵ ਕਰ ਸਕੇ। ਕਿ ਜਦੋਂ ਕੋਈ, ਜਿੱਦਾਂ ਤੁਸੀਂ ਗ੍ਰਾਫੋਲੋਜੀ ਦੀ ਗੱਲ ਕੀਤੀ ਆ ਕਿ ਅਸੀਂ ਜਿੱਦਾਂ ਵੀ ਰਾਈਟਿੰਗ ਲਿਖਦੇ ਹਾਂ ਜਾਂ ਜੋ ਵੀ ਤੁਸੀਂ ਉਹਦੇ ਤੋਂ ਪੜ੍ਹ ਲੈਂਦੇ ਹੋ ਕਿ ਬੰਦਾ ਕਿੱਦਾਂ ਦਾ ਜਾਂ ਕੀ ਕਰਦਾ ਹੈ, ਹਨਾ, ਜਾਂ ਕੀ ਸੁਭਾਅ ਹੈ ਉਹਦਾ, ਹਨਾ। ਪਰ ਸਿਗਨੇਚਰ ਆ ਇਹ ਵੀ ਜਿਹੜੇ ਆਪਣੇ ਦਿਮਾਗ ਤੋਂ ਹੀ ਕਿ ਬੰਦੇ ਦੇ ਦਿਮਾਗ 'ਚ ਜਿੱਦਾਂ ਚੱਲ ਰਿਹਾ ਹੁੰਦਾ ਉਹ ਆਪਣੇ ਹਿਸਾਬ ਨਾਲ ਕਰਦਾ, ਹੈ ਨਾ, ਸਿਗਨੇਚਰ। ਤੇ ਤੁਸੀਂ ਹੈਲਪ ਕਰਦੇ ਹੋ ਕਿ ਤੁਸੀਂ ਉਹ ਸਿਗਨੇਚਰ ਜਿਹੜੇ ਅਸੀਂ ਆਪਣੇ ਦਿਮਾਗ ਨਾਲ ਕੀਤੇ ਆ ਤਾਂ ਉਹਨੂੰ ਥੋੜਾ ਜਿਹਾ ਚੇਂਜ ਕਰਨਾ, ਤੁਹਾਨੂੰ ਸਾਡੀ ਰੂਟੀਨ ਵਿੱਚ ਚੇਂਜ ਆ ਜਾਏ ਜਾਂ ਸਾਡੀ ਜਿਹੜੀ ਸਕਸੈਸ ਦੀ ਸਪੀਡ ਘਟੀ ਆ ਵੀ ਉਹ ਕਿਉਂ ਘਟੀ ਆ, ਹਨਾ, ਤੁਸੀਂ ਉਹਨੂੰ ਮੈਂਡ ਕਰ ਦਿੰਦੇ ਹੋ। ਜੋ ਪ੍ਰੋਗਰਾਮਿੰਗ ਸਾਡੀ ਅੱਜ ਤੱਕ ਹੋਈ ਹੈ, 25-30 ਸਾਲ 40 ਸਾਲ ਜੋ ਵੀ ਸਾਡੀ ਏਜ ਹੈ, ਜਿੰਨੀ ਵੀ ਮੇਰੇ ਕੋਲ ਆਉਂਦੇ ਨੇ ਲੋਕ, ਜੋ ਪ੍ਰੋਗਰਾਮਿੰਗ ਸਾਡੇ ਮਾਇੰਡ ਦੀ ਅੱਜ ਤੱਕ ਹੋਈ ਹੈ, ਜਿੱਦਾਂ ਦੀ ਸਾਨੂੰ ਸੋਚ, ਜਿੱਦਾਂ ਦੇ ਘਰ ਦੇ ਸਾਡੇ ਪਰਵਰਿਸ਼ ਹੋਈ ਹੈਗੀ, ਉਸ ਤੋਂ ਉੱਪਰ ਉੱਠ ਕੇ ਕਿਵੇਂ ਸੋਚ ਸਕਦੇ ਹਾਂ, ਉਸ ਤੋਂ ਅੱਗੇ ਕਿਵੇਂ ਵੱਧ ਸਕਦੇ ਹੈਗੇ। ਕਿਉਂਕਿ ਇਹ ਨਹੀਂ ਹੈਗਾ ਕਿ ਹੁਣ ਕਰਦਿਆਂ ਨੇ ਜਿਵੇਂ ਬਚਪਨ ਵਿੱਚ 2-4 ਵਾਰੀ ਕਿਸੇ ਕੰਮ ਤੋਂ ਕਿਹਾ, ਇਹ ਤੇ ਤੇਰੇ ਤੋਂ ਹੋ ਨਹੀਂ ਸਕਦਾ, ਇਹ ਤੂੰ ਨਹੀਂ ਕਰਨਾ, ਉਹ ਚੀਜ਼ ਸਾਡੇ ਮਾਇੰਡ ਵਿੱਚ ਕਰ ਜਾਂਦੀ ਹੈ ਕਿ ਨਹੀਂ ਇਹ ਤੇ ਮੈਂ ਕਰ ਹੀ ਨਹੀਂ ਸਕਦਾ, ਇਹ ਤੇ ਮੇਰੇ ਕੋਲ ਹੋਣਾ ਹੀ ਨਹੀਂ। ਮੈਂ ਰੀਪ੍ਰੋਗਰਾਮਿੰਗ ਕਰਕੇ ਉਸ ਬੈਰੀਅਰ ਨੂੰ ਤੋੜਦਾ ਹੈਗਾ, ਨਹੀਂ ਜਦ ਬਾਕੀ ਸਾਰੀ ਦੁਨੀਆ ਕਰ ਰਹੀ ਹੈ ਉਹ ਕਰ ਸਕਦੀ ਤੇ ਤੁਸੀਂ ਵੀ ਕਰ ਸਕਦੇ ਹੈਗੇ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈਗਾ ਕਿ ਜੋ ਬਚਪਨ ਵਿੱਚ ਸਿੱਖਿਆ ਹੈਗਾ ਬਸ ਉਹੀ ਲਿਮਿਟ ਹੈਗੀ, ਨਹੀਂ,
ਉਸ ਲਿਮਿਟ ਨੂੰ ਤੋੜ ਕੇ ਅਸੀਂ ਬਹੁਤ ਅੱਗੇ ਤੱਕ ਵੀ ਜਾ ਸਕਦੇ ਹੈਗੇ। ਫਿਰ ਸਿਗਨੇਚਰ ਵੀ ਸਾਡੇ ਉਸ ਹਿਸਾਬ ਦੇ ਹੀ ਬਣ ਜਾਂਦੇ ਨਾ ਜੋ ਦੀ ਥੋਟ ਪ੍ਰੋਸੈਸ ਹੁੰਦੀ ਹੈ। ਐਗਜ਼ੈਕਟਲੀ ਜੋ ਸਾਡੀ ਸੋਚ ਹੁੰਦੀ ਹੈ ਕਿ ਸਿਗਨੇਚਰ ਸੋਚ ਨੂੰ ਦੇ ਚੇਂਜ ਮੁਤਾਬਕ ਕਰਕੇ ਬੰਦੇ ਦੀ ਥੋਟ ਪ੍ਰੋਸੈਸ ਨੂੰ ਥੋੜਾ ਚੇਂਜ ਕਰ ਦਿੰਦੇ ਆ ਕਿ ਅਗਰ ਤੁਸੀਂ ਇਦਾਂ ਕਰੋਗੇ ਤਾਂ ਤੁਹਾਡੇ ਸੁਭਾਅ 'ਚ ਵੀ ਚੇਂਜ ਆ ਜਾਊਗਾ ਕੁਛ, ਹੈ ਨਾ। ਕਿਉਂਕਿ ਦੇਖੋ ਨਾ ਸਾਡੀ ਲਾਈਫ ਸਾਡਾ ਮਾਈਂਡ ਮੈਨੇਜ ਕਰ ਰਿਹਾ, ਹਾਂਜੀ, ਔਰ ਜਦੋਂ ਅਸੀਂ ਸਿਗਨੇਚਰ ਦੀ ਥੋੜੀ ਜਿਹੀ ਪ੍ਰੈਕਟਿਸ ਕਰਦੇ ਆ ਤੇ ਉਹਦੇ ਨਾਲ ਸਾਡੇ ਮਾਈਂਡ ਦੀ ਪ੍ਰੋਗਰਾਮਿੰਗ ਚੇਂਜ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸਾਡਾ ਮਾਈਂਡ ਉਸ ਦੇ ਅਕੋਰਡਿੰਗਲੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹਦੇ ਨਾਲ ਕੀ ਕਿ ਜਿਹੜੀ ਸਕਸੈਸ ਸਾਨੂੰ ਹੁਣ ਤੱਕ ਨਹੀਂ ਮਿਲ ਰਹੀ ਸੀ ਉਹ ਬੜੀ ਜਲਦੀ ਜਿਹੜੀ ਸਾਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਹੁਣ ਫੋਨ ਦੇ ਸੋਫਟਵੇਅਰ ਦੇਖੋ, ਫੋਨ ਨੂੰ ਵੀ ਜੇ ਅਪਗ੍ਰੇਡ ਨਾ ਕਰੋ, ਕੰਪਿਊਟਰ ਦੇ ਸੋਫਟਵੇਅਰ ਨੇ ਉਹਨਾਂ ਨੂੰ ਅਪਗ੍ਰੇਡ ਨਹੀਂ ਕਰੋ ਤੇ ਉਹ ਪ੍ਰੋਪਰਲੀ ਕੰਮ ਨਹੀਂ ਕਰਦੇ ਹੈਗੇ। ਹਰ ਮਹੀਨੇ 15 ਦਿਨਾਂ ਬਾਅਦ ਉਹਨਾਂ ਦੇ ਅਪਗ੍ਰੇਡਸ ਆਉਂਦੇ ਨੇ ਹੋ ਜਾਂਦੇ ਤੇ ਹਾਂ ਕਿੰਨਾ ਵੀ ਮਹਿੰਗਾ ਫੋਨ ਹੋਏ ਉਹ ਤਰੀਕੇ ਨਾਲ ਕੰਮ ਨਹੀਂ ਕਰੇਗਾ। ਤੇ ਅਸੀਂ ਮਾਈਂਡ ਨੂੰ ਲਾਸਟ ਕਦੋਂ ਪ੍ਰੋਗਰਾਮ ਕੀਤਾ ਸੀ, ਕਦੋਂ ਇਹਦੀ ਸਫਾਈ ਕੀਤੀ ਸੀ? ਕਿਉਂਕਿ ਜਦੋਂ ਅਸੀਂ 5.5 ਸਾਲ ਤੱਕ ਹੈਗੇ ਸੀ ਤੇ 80% ਬ੍ਰੇਨ ਤੇ ਤਾਂ ਤੱਕ ਡਿਵੈਲਪ ਹੋ ਚੁੱਕਾ ਸੀ ਸਾਡਾ। ਉਸ ਤੋਂ ਬਾਅਦ ਜੋ ਕੁਛ ਸਾਡੇ ਘਰਦਿਆਂ ਨੇ ਅੜੋਸ ਪੜੋਸ ਜਿੰਨੇ ਉਹਨਾਂ ਦੇ ਕੋਲ ਨੌਲੇਜ ਸੀ, ਬਹੁਤੀ ਅਵੇਅਰਨੈਸ ਤੇ ਇਸ ਟੋਪਿਕ ਤੇ ਹੈ ਨਹੀਂ, ਤੇ ਜੋ ਕੁਛ ਜਿਹਦਾ ਦਿਲ ਕੀਤਾ ਉਹ ਸਾਡੇ ਦਿਮਾਗ ਵਿੱਚ ਉਹ ਪਾਉਂਦੇ ਚਲੇ ਗਏ। ਹੁਣ ਜੇ ਅਸੀਂ ਸਿਰਫ ਉਸ ਡਾਟਾ ਨੂੰ ਲੈ ਕੇ ਕੰਮ ਕਰਾਂਗੇ ਤੇ ਫਿਰ ਅਸੀਂ ਵੱਡਾ ਤੇ ਕਦੇ ਸੋਚ ਹੀ ਨਹੀਂ ਸਕਦੇ। ਜਦਕਿ ਇੱਕ ਸੁਪਰ ਕੰਪਿਊਟਰ ਤੋਂ ਜ਼ਿਆਦਾ, 100 ਸੁਪਰ ਕੰਪਿਊਟਰ ਤੋਂ ਜ਼ਿਆਦਾ ਪਾਵਰ ਸਾਡੇ ਮਾਈਂਡ ਵਿੱਚ ਹੈਗੀ, ਲੇਕਿਨ ਲੋੜ ਹੈਗੀ ਉਹਨੂੰ ਖੋਲਣ ਦੀ। ਹੁਣ ਐਡੀ ਵੱਡੇ ਇਨਵੈਂਸ਼ਨਸ ਵੀ ਆਪਣੇ ਲੋਕਾਂ ਨੇ ਹੀ ਕੀਤੀਆਂ, ਹਨਾ, ਕਈ ਮੈਥਮੈਟੀਸ਼ੀਅਨਸ, ਸਾਇੰਟਿਸਟ, ਜਾਂ ਤੁਸੀਂ ਕਹਿ ਲਓ ਆਰਟ ਦੀ ਲਾਈਨ 'ਚ ਕੋਈ ਅੱਗੇ ਆ, ਤਾਂ ਫਿਰ ਹੈ ਹੀ ਆ ਦਿਮਾਗ 'ਚ ਪਾਵਰ ਅਲੱਗ ਅਲੱਗ ਤਰ੍ਹਾਂ ਦੀ ਆ ਸਾਰਿਆਂ ਦੀ ਵਾਈਬ੍ਰੇਸ਼ਨ ਦੀ। ਇਹੀ ਹੈ ਨਾ ਕਿ ਅਸੀਂ ਆਪਣੇ ਵਿਜ਼ਨ ਨੂੰ ਕਿੰਨਾ ਵੱਡਾ, ਵੀ ਅਸੀਂ ਹੁਣ ਇੱਥੇ ਬੈਠੇ ਹੈਗੇ ਆ, ਇਸ ਤੋਂ ਅੱਗੇ ਇੱਦਾਂ ਨਹੀਂ ਅਸੀਂ ਸੋਚਦੇ, ਵੀ ਇਸ ਤੋਂ ਅੱਗੇ ਜੇ ਸੋਚੀਏ ਵੀ ਕਿੱਦਾਂ ਹੋਏਗਾ। ਅੱਜ ਹੁਣ ਜੇ ਗੂਗਲ ਹਰ ਪੂਰੇ ਵਰਲਡ ਚ ਨੰਬਰ 1 ਤੇ, ਸਿਰਫ ਇਸ ਕਰਕੇ ਕਿ ਉਹ ਇਹ ਉਹਦੀਆਂ ਟੀਮ ਸੋਚਦੀਆਂ ਨੇ ਕਿ ਅੱਜ ਤੋਂ 5 ਸਾਲ ਬਾਅਦ, ਅੱਜ ਤੋਂ 10 ਸਾਲ ਬਾਅਦ ਇੱਕ ਆਮ ਆਦਮੀ ਕੀ ਸੋਚ ਸਕਦਾ ਹੈ, ਉਹਨਾਂ ਨੂੰ ਕੀ ਕੀ ਚਾਹੀਦਾ ਹੋਏਗਾ, ਉਹਦੇ ਤੋਂ ਉਹ ਲੋਕੀ ਅੱਜ ਕੰਮ ਕਰ ਰਹੇ ਨੇ। ਸਾਡੇ ਸਾਹਮਣੇ ਅੱਜ ਕੋਈ ਨਵੀਂ ਚੀਜ਼ ਆਉਂਦੀ ਤੇ ਸਾਨੂੰ ਲੱਗਦਾ ਕਿ ਇਹ ਕੀ ਹੋ ਗਿਆ। ਹੁਣ ਇਸ ਵਕਤ ਅੱਜ ਦੀ ਡੇਟ ਵਿੱਚ ਗੂਗਲ ਕੋਲ ਹਰ ਇੱਕ ਆਦਮੀ ਦਾ ਪੂਰੀ ਪਰਸਨਲ ਇਨਫੋਰਮੇਸ਼ਨ ਹੈਗੀ ਹੈ ਕਿ ਕਿਹੜੇ ਅਸੀਂ ਕਿੱਥੇ ਗਏ, ਕਿਹਦੇ ਨਾਲ ਗਏ, ਜੇ ਉਹਦੇ ਕੋਲ ਵੀ ਫੋਨ ਹੈਗਾ ਉਹਦੇ ਨਾਲ ਅਸੀਂ ਕਿੰਨੀ ਦੇਰ ਬੈਠੇ, ਹੋਰ ਤਾਂ ਹੋਰ ਲੋਕੇਸ਼ਨ ਫਾਈਂਡ ਹੋ ਜਾਂਦੀ ਹੈ ਕਿ ਬੰਦਾ ਫੋਨ ਤਾਂ ਤੁਹਾਡੀ ਲੋਕੇਸ਼ਨ ਪਤਾ ਲੱਗ ਜਾਂਦੀ ਹੈ। ਹੁਣ ਤੇ ਇੱਥੇ ਤੱਕ ਲਾਸਟ ਮੈਂ ਉਸ ਦਿਨ ਇੱਕ ਦੇਖ ਰਿਹਾ ਸੀ ਵੀਡੀਓ ਕਿ ਉਹ ਇੱਥੇ ਤੱਕ ਦੱਸ ਰਿਹਾ ਕਿ ਤੁਸੀਂ ਇਹ ਦਵਾਈ ਤੁਹਾਨੂੰ ਖਾਣੀ ਚਾਹੀਦੀ ਹੈ ਔਰ ਤੁਸੀਂ ਪਿਛਲੇ 2 ਹਫ਼ਤੇ ਤੋਂ ਇਹ ਦਵਾਈ ਨਹੀਂ ਲਈ ਹੈਗੀ। ਉਹਨੇ ਇੱਕ ਬੰਦੇ ਨੇ ਕਿਹਾ ਕਿ ਮੈਂ ਘੁੰਮਣ ਜਾਣਾ ਹੈਗਾ, ਕਹਿੰਦਾ ਤੂੰ ਘੁੰਮਣ ਨਹੀਂ ਜਾ ਸਕਦਾ, ਤੇਰਾ ਪਾਸਪੋਰਟ ਅਗਲੇ 4 ਹਫ਼ਤੇ ਦੇ ਅੰਦਰ ਐਕਸਪਾਇਰ ਹੋ ਰਿਹਾ ਹੈਗਾ। ਕਿਉਂਕਿ ਹਰ ਜਗ੍ਹਾ ਸਾਡਾ ਇੱਕ ਫੋਨ ਨੰਬਰ ਅਸੀਂ ਆਪਣਾ ਦਿੱਤਾ ਹੋਇਆ ਔਰ ਫੋਨ ਨੰਬਰ ਦੇ ਨਾਲ ਸਾਰਾ ਡਾਟਾ ਗੂਗਲ ਦੇ ਕੋਲ ਹੈਗਾ। ਗੂਗਲ ਇਹਦਾ ਮਤਲਬ ਬਹੁਤ ਪਾਵਰਫੁਲ ਚੀਜ਼ ਆ ਸਾਡੀ ਇੱਕ ਇੱਕ ਮੇਰੇ ਕੋਲ, ਮੈਂ ਹੁਣ ਜਿਵੇਂ ਕੈਨੇਡਾ ਸੀ ਉੱਥੇ ਤੁਹਾਡੇ ਕੋਲ, ਤੇ ਉੱਥੇ ਮੈਂ ਜਿਹੜੇ ਜਿਹੜੇ ਸਟੋਰ ਤੇ ਗਿਆ, ਜਦੋਂ ਬੈਂਕ ਵਿੱਚ ਗਿਆ ਜਾਂ ਕਿਸੇ ਗੈਸ ਸਟੇਸ਼ਨ ਤੇ ਗਿਆ, ਉਹਦਾ ਪੂਰਾ ਰਿਕਾਰਡ ਮੇਰੇ ਕੋਲ ਇੱਥੇ ਹਾਲੇ ਤੱਕ ਦਿਖਾਉਂਦਾ ਹੈਗਾ ਕਿ ਇਸ ਸਟੇਟ ਨੂੰ 9 ਵਜੇ ਤੁਸੀਂ ਇਸ ਸਟੋਰ ਵਿੱਚ ਗਏ ਸੀ। ਉਹ ਟਾਈਮ ਟੂ ਟਾਈਮ ਰਿਮਾਈਂਡਰ ਦਿੰਦਾ, ਉਸ ਸਟੋਰ ਦੇ ਮੈਸੇਜ ਆ ਜਾਂਦੇ ਨੇ ਕਿ ਤੁਸੀਂ ਇਹਦਾ ਫੀਡਬੈਕ ਦਿਓ। ਤੁਹਾਨੂੰ ਕੀ ਲੱਗਦਾ ਵੀ ਜਿਹੜੇ ਇਹ ਚੀਜ਼ਾਂ ਸਾਡੇ ਲਈ ਬੈਨੀਫੀਸ਼ੀਅਲ ਆ ਜਾਂ ਸਾਨੂੰ ਇਹ ਨੁਕਸਾਨ ਪਹੁੰਚਾ ਰਹੀਆਂ, ਵੀ ਜਿੱਦਾਂ ਹੁਣ ਅਸੀਂ ਯਾਦ ਹੀ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਕਿ ਸਾਨੂੰ ਕਿਸੇ ਹੋਰ ਨੇ ਯਾਦ ਕਰਵਾ ਦੇਣਾ, ਹਨਾ, ਸਾਡੇ ਦਿਮਾਗ 'ਚ ਉਹ ਚੀਜ਼ਾਂ ਉਹ ਰਹਿੰਦੀਆਂ ਨਹੀਂ ਫਿਰ, ਹਨਾ, ਤਾਂ ਫਿਰ ਸਾਡੇ ਦਿਮਾਗ, ਤੁਹਾਨੂੰ ਨਹੀਂ ਲੱਗਦਾ ਕਿ ਡੱਲ ਹੋ ਰਹੇ ਹੋਣਗੇ ਅੰਦਰੋਂ ਅੰਦਰ? ਨਹੀਂ, ਦੇਖੋ ਹਰ ਚੀਜ਼ ਦੇ ਪੋਜ਼ਿਟਿਵ ਔਰ ਨੈਗੇਟਿਵ ਦੋਨੋਂ ਐਸਪੈਕਟ ਹੁੰਦੇ ਹੈਗੇ ਨੇ। ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਹਰ ਦਿਨ ਵੱਧਦੀ ਜਾ ਰਹੀ ਹੈਗੀ ਬਹੁਤ ਜ਼ਿਆਦਾ, ਹਾਂਜੀ, ਠੀਕ ਹੈ ਨਾ। ਹੁਣ
ਏਅਰਪੋਰਟ ਦੇ ਉੱਤੇ ਪਹਿਲੇ ਉਹ ਬੈਠੇ ਹੁੰਦੇ ਸੀ, ਇਮੀਗ੍ਰੇਸ਼ਨ ਦੀ ਲਾਈਨ ਹੁੰਦੀ ਸੀ 100-100, 200-200 ਬੰਦੇ ਦੀ, 2 ਘੰਟੇ ਵਾਰੀ ਨਹੀਂ ਸੀ ਆਉਂਦੀ। ਹੁਣ ਹਾਰਡਲੀ ਕੁਝ ਸੈਕਿੰਡ ਲੱਗਦੇ ਨੇ, ਤੁਸੀਂ ਜਸਟ ਪਾਸਪੋਰਟ ਸਕੈਨ ਕਰੋ, ਤੁਸੀਂ ਬਾਹਰ ਆ ਜਾਓ। ਜੋ ਮਸ਼ੀਨ ਨਹੀਂ ਕਰਨਾ, ਬੰਦਿਆਂ ਨੇ ਨਹੀਂ ਕਰਨਾ, ਤਾਂ ਮਸ਼ੀਨ ਨੇ ਉਹਨੇ ਕਰ ਦਿੱਤਾ ਕੰਮ। ਮੈਨ ਪਾਵਰ ਕਰ। ਅੱਛਾ, ਆਦਮੀ ਗਲਤੀ ਕਰ ਸਕਦਾ, ਆਦਮੀ ਕੋਲ ਗਲਤੀ ਹੋ ਸਕਦੀ ਹੈ, ਮਸ਼ੀਨ ਕਦੀ ਗਲਤੀ ਨਹੀਂ ਕਰੇਗੀ। ਹਾਂ, ਕਿਉਂਕਿ ਪ੍ਰੋਗਰਾਮ ਹੋਇਆ ਹੁੰਦਾ ਉਹਦਾ। ਤੇ ਟੈਕਨੋਲੋਜੀ ਦੇ ਹਮੇਸ਼ਾ ਬੈਨੀਫਿਟ ਹੀ ਹੁੰਦੇ ਨੇ ਜਦੋਂ ਵੀ ਬਣਾਈ ਜਾਂਦੀ। ਉਹ ਲੋਕੀ ਕੁਛ ਹੈਗੇ ਨੇ ਜਿਹੜੇ ਉਹਦਾ ਮਿਸਯੂਜ ਕਰਦੇ ਨੇ, ਮਿਸਯੂਜ ਕਰਦੇ, ਫਿਰ ਖਰਾਬ ਆ। ਉਹ ਖਰਾਬ ਹੈਗੀ। ਹੁਣ ਅਸੀਂ ਇੱਥੇ ਬੈਠੇ, ਸਿਰਫ ਸਾਡੇ ਇੱਥੋਂ ਦੀ ਫਲਾਈਟ ਨਿਕਲੀਏ ਔਰ ਉਸੇ ਟਾਈਮ ਅਸੀਂ ਜੇ ਉਹਨੂੰ ਫਲਾਈਟ ਟਰੈਕਰ ਨੂੰ ਆਨ ਕਰ ਦਿੰਦੇ ਹਾਂ, ਤੇ ਸਾਨੂੰ ਇਮੀਡੀਏਟਲੀ ਪਤਾ ਲੱਗ ਜਾਂਦਾ ਇੱਥੋਂ ਵੀ ਇਹ ਕਿਹੜੀ ਫਲਾਈਟ ਹੈ, ਕਿਹੜੀ ਏਅਰਲਾਈਨ ਹੈ, ਕਿਸ ਰੂਟ ਤੇ ਜਾ ਰਹੀ ਹੈ, ਇਸ ਵਕਤ ਕਿੰਨੀ ਹਾਈਟ ਤੇ ਹੈਗੀ ਹੈ, ਉਹਦੀ ਪੂਰੀ ਡਿਟੇਲ, ਕਿੰਨੇ ਵਜੇ ਚੱਲੀ ਹੈ, ਕਿੰਨੇ ਵਜੇ ਲੈਂਡ ਕਰੇਗੀ, ਇੱਕ ਇੱਕ ਚੀਜ਼। ਲੇਟ ਕਦੋਂ ਆ, ਕਿੰਨੀ ਲੇਟ ਆ, ਸਭ ਪਤਾ। ਹੁਣ ਕੋਈ ਇਹਦਾ ਮਿਸਯੂਜ ਕਰਨਾ ਚਾਹੇ ਕਿ ਵੀ ਮੈਂ ਇਸ ਨੂੰ ਅਟੈਕ ਕਰਨਾ ਹੈ, ਮੈਂ ਇਸ ਨੂੰ ਟਾਰਗੇਟ ਕਰਨਾ ਹੈ, ਜਾਂ ਇਹਦੇ 'ਚ ਬੰਦਾ ਜਾ ਰਿਹਾ ਮੈਂ ਉਸਨੂੰ ਪਕੜਨਾ ਹੈਗਾ, ਉਹ ਮਿਸਯੂਜ ਹੈਗਾ। ਲੇਕਿਨ ਜਿਹੜੀ AI ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਉਹ ਤੇ ਇੱਕ ਆਮ ਆਦਮੀ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹੈਗੀ। ਔਰ ਇਹ ਵੀ ਜਿਹੜੀ ਸਾਇੰਸ ਹੈ ਗ੍ਰਾਫੋਲੋਜੀ ਦੀ, ਇਹ ਵੀ ਅੰਧ ਵਿਸ਼ਵਾਸ ਜਿਹੜਾ ਹੈਗਾ, ਸੁਪਰਸਟੀਸ਼ੀਅਸ ਪੀਰ ਫਕੀਰ ਬਾਬੇ ਜਿਹੜਾ ਮਿਸਗਾਈਡ ਕਰਦੇ ਨੇ, ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ, ਸਾਰੀਆਂ ਚੀਜ਼ਾਂ ਨੂੰ ਤੁਸੀਂ ਈਜ਼ੀਲੀ ਅਵਾਇਡ ਕਰਕੇ ਘਰ ਬੈਠੇ ਸਿਰਫ ਔਰ ਸਿਰਫ ਇੱਕ ਕਾਗਜ਼ ਪੈਨ ਨਾਲ ਆਪਣੀ ਪੂਰੀ ਲਾਈਫ, ਜਿਹਨੂੰ ਅਸੀਂ ਕਿਸਮਤ ਕਹਿੰਦੇ ਹਾਂ, ਗੁੱਡ ਲੱਕ ਕਹਿੰਦੇ ਹਾਂ, ਉਹਨੂੰ ਤੁਸੀਂ ਘਰ ਬੈਠੇ ਆਪਣੇ ਹੱਥ ਨਾਲ, ਤੁਸੀਂ ਆਪਣੇ ਹੱਥ ਦੀਆਂ ਲਕੀਰਾਂ ਚੇਂਜ ਕਰਕੇ ਲਿਖ ਸਕਦੇ ਹੋ। ਬੜੀ ਬੈਨੀਫਿਸ਼ੀਅਲ ਜੀਆਂ ਗੱਲਾਂ ਦੱਸੀਆਂ ਅੱਜ ਤੁਸੀਂ, ਤੇ ਮੈਨੂੰ ਲੱਗਦਾ ਹੁਣ ਆਪਣਾ ਟਾਈਮ ਵੀ ਹੋ ਗਿਆ, ਤੇ ਅਗਲੇ ਹਫਤੇ ਆਉਣ ਦੀ ਤਿਆਰੀ ਕਰਨੀ ਆ, ਤੇ ਅਗਲਾ ਟੌਪਿਕ ਅਗਲੀ ਵਾਰ ਕਰਾਂਗੇ ਫਿਰ, ਹੈ ਨਾ। ਅੱਜ ਲਈ ਮੈਨੂੰ ਲੱਗਦਾ ਚੱਲੀਏ ਫਿਰ, ਕੀ ਸੋਚਦੇ ਹੋ? ਸੁਣਨ ਵਾਲਿਆਂ ਲਈ, ਤੁਹਾਡੇ ਲਈ, ਸਾਰਿਆਂ ਲਈ ਇੱਕ ਗੱਲ ਜ਼ਰੂਰ ਕਹਾਂਗਾ ਕਿ ਜੇ ਤਰੀਕੇ ਨਾਲ ਸਾਈਨ ਚੇਂਜ ਕਰ ਲਈਏ, ਤੇ ਤੁਹਾਡੇ ਸਾਈਨ ਸਾਈਨ ਨਹੀਂ ਰਹਿਣਗੇ, ਉਹ ਇੱਕ ਦਿਨ ਆਟੋਗ੍ਰਾਫ ਬਣ ਜਾਣਗੇ, ਲੋਕ ਤੁਹਾਡੇ ਕੋਲ ਆਟੋਗ੍ਰਾਫ ਲੈਣ ਆਉਣਗੇ। ਸੋ ਆਟੋਗ੍ਰਾਫ ਬਣਾਉਣ ਵਾਸਤੇ ਸਾਰਿਆਂ ਨੂੰ ਆਪਣੇ ਆਪਣੇ ਸਾਈਨ ਤੇ ਵਰਕ ਕਰਨਾ ਪੈਣਾ, ਤਾਂ ਸਾਡਾ ਪ੍ਰੋਗਰਾਮ ਦੇਖੋ ਜ਼ਰੂਰ, ਸਾਈਨ ਕਿੱਦਾਂ ਕਰਨੇ ਆ, ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ। ਜੋਲੀ ਅੰਕਲ ਦੀਆਂ ਵੀਡੀਓਜ਼ ਉਹਨਾਂ ਦੇ ਅਕਾਊਂਟ ਤੇ ਵੀ ਹੁੰਦੀਆਂ, ਯੂਟਿਊਬ ਤੇ ਵੀ ਹੁੰਦੀਆਂ। ਮੇਰੀਆਂ ਸਕੂਲ ਦੇ ਵੀਡੀਓਜ਼ ਹੈਗੀਆਂ ਨੇ ਗ੍ਰਾਫੋਲੋਜੀ, ਹੈਂਡਰਾਈਟਿੰਗ ਔਰ ਸਾਈਨ ਦੇ ਉੱਤੇ, ਜਿਹਦੇ ਸਾਰੀਆਂ ਚੀਜ਼ਾਂ ਪੰਜਾਬੀ ਔਰ ਹਿੰਦੀ ਦੇ ਵਿੱਚ ਐਕਸਪਲੇਨ ਕੀਤੀਆਂ ਨੇ, ਕੁਛ ਇੰਗਲਿਸ਼ ਦੀਆਂ ਵੀ ਹੈਗੀਆਂ ਨੇ, ਤੇ ਬੁੱਕਸ ਵੀ ਮੇਰੀਆਂ ਅਵੇਲੇਬਲ ਹੈਗੀਆਂ ਨੇ, ਤੇ ਉੱਥੋਂ ਕੰਪਲੀਟ ਉਹਨਾਂ ਨੂੰ ਆਈਡੀਆ ਮਿਲ ਸਕਦਾ, ਕਿਧਰੇ ਜਾਣ ਦੀ ਲੋੜ ਨਹੀਂ, ਕੋਈ ਪਰਚੇਸ ਕਰਨ ਦੀ ਲੋੜ ਨਹੀਂ, ਕੋਈ ਪੈਸਾ ਖਰਚ ਕਰਨ ਦੀ ਲੋੜ ਨਹੀਂ, ਔਰ ਉਹਦੇ ਨਾਲ ਹੀ ਪੂਰੀ ਇਨਰ ਪਰਸਨੈਲਿਟੀ ਨੂੰ ਚੇਂਜ ਕਰ ਸਕਦੇ ਨੇ, ਔਰ ਲਾਈਫ ਬੜੀ ਸਕਸੈਸਫੁਲੀ ਔਰ ਬੜੀ ਖੁਸ਼ੀ ਖੁਸ਼ੀ ਇੰਪਰੂਵ ਕਰ ਸਕਦੇ ਜੀ। ਥੈਂਕ ਯੂ ਤੁਹਾਡਾ, ਸਤਿ ਸ਼੍ਰੀ ਅਕਾਲ, ਅਗਲੀ ਵਾਰ ਮਿਲਦੇ ਹਾਂ ਫਿਰ ਨਵੇਂ ਟੌਪਿਕ ਦੇ ਨਾਲ, ਤੇ ਤਦ ਤੱਕ ਥੈਂਕ ਯੂ ਵੈਰੀ ਮੱਚ। ਸੋ ਗ੍ਰਾਫੋਲੋਜੀ ਤੇ ਗੱਲ ਕਰ ਰਹੇ ਸੀ ਅਸੀਂ ਚੱਜ ਦੀਆਂ ਗੱਲਾਂ ਵਿੱਚ ਜੋਲੀ ਅੰਕਲ ਦੇ ਨਾਲ, ਗ੍ਰਾਫੋਲੋਜੀ ਦੇ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਦੱਸਿਆ ਸੀ ਕੀ ਹੁੰਦੀ ਕੀ ਆ, ਤੇ ਸਾਇੰਸ ਤੁਸੀਂ ਕਿੱਦਾਂ ਕਰਕੇ ਤੇ ਆਪਣੀ ਲਾਈਫ 'ਚ ਕੁਝ ਚੇਂਜਿਸ ਲੈ ਕੇ ਆ ਸਕਦੇ ਆ, ਆਪਣੀ ਕੁਛ ਵੀ ਤੁਸੀਂ ਕਰਦੇ ਆ ਆਪਣੀ ਫੀਲਡ ਦੇ ਵਿੱਚ ਅੱਗੇ ਜਾ ਸਕਦੇ ਆ, ਜਾਂ ਆਪਣੇ ਜੋ ਵੀ ਤੁਸੀਂ ਹਾਸਿਲ ਕਰਨਾ ਚਾਹੁੰਦੇ ਹੋ, ਤਾਂ ਇੱਕ ਸਾਈਨ ਹੀ ਆ ਜਿਹੜਾ ਅਸੀਂ ਚੇਂਜ ਕਰ ਲਈਏ ਤਾਂ ਕਾਫੀ ਕੁਛ ਬਦਲ ਸਕਦਾ। ਸੋ ਕਿਉਂ ਨਾ ਕੀਤਾ ਜਾਵੇ, ਸੋ ਜੋਲੀ ਅੰਕਲ ਨਾਲ ਕੰਟੈਕਟ ਕਰੋ ਤੇ ਆਪਣੇ ਆਪਣੇ ਸਿਗਨੇਚਰ ਉਹਨਾਂ ਨੂੰ ਦਿਖਾ ਕੇ ਥੋੜਾ ਅਮੈਂਡ ਕਰ ਸਕਦੇ ਆ। ਤੁਸੀਂ ਉਹਨਾਂ ਦਾ ਨੰਬਰ ਵੀ ਸਕਰੀਨ ਤੇ ਆ ਰਿਹਾ ਹੁੰਦਾ, ਤੇ ਕੰਟੈਕਟ ਕਰ ਸਕਦੇ ਆ। ਯੂਟਿਊਬ ਤੇ ਵੀ ਵੀਡੀਓਸ ਹੈਗੇ ਆ, ਇਹਨਾਂ ਦੇ ਬੁੱਕ ਵੀ ਹੈਗੀ ਆ ਇਵਨ ਗ੍ਰਾਫੋਲੋਜੀ ਤੇ, ਸੋ ਉਹ ਵੀ ਪੜ੍ਹੋ ਤੁਸੀਂ। ਸੋ ਅੱਜ ਲਈ ਇੰਨਾ ਹੀ, ਅਗਲੀ ਵਾਰ ਮਿਲਦੇ ਆ ਨਵੀਂ ਗੱਲਬਾਤ, ਨਵੀਆਂ ਚੱਜ ਦੀਆਂ ਗੱਲਾਂ ਦੇ ਨਾਲ, ਤੇ ਜੋਲੀ ਅੰਕਲ ਦੇ ਨਾਲ। ਤੱਕ